ਅਸਲਾਮ ਵਾਲੇਕੁਮ ਜੀ, ਮੈਂ ਸਜਾਦ ਅਖਤਰ, ਤਾਂ ਤੁਸੀਂ ਤੱਕਣੇ ਵੀ ਆਪਣਾ ਫੈਮਿਲੀ ਯੂਟਿਊਬ ਚੈਨਲ ਦਿੱਤੀ ਹੈ, ਜੇ ਕਿ ਉਮੀਦ ਕਰਨਾ ਸਾਰੇ ਵੱਲ ਉਸ ਜੀ ਅੱਲਾ ਸੁਣਨੇ ਜੋ ਮਾਨ ਵਿੱਚ ਉਸੋ ਅੱਜ ਦਾ ਸਿਰ ਖਿਦਮਤ ਚਾਹਦਾ ਕਿ ਨਵੀਂ ਵੀਡੀਓ ਨਾਲ ਮੈਂ ਸਭ ਮੌਜੂਦ ਹਾਂ ਚਵਾਣੇ ਤਾਂ ਅੱਜ ਤਕਾਈ ਰਹੀ ਜਾਂਦੀ ਮੰਗਲਾ ਡੈਮ ਨੇ ਅਪਡੇਟ ਕਰ ਇਸ ਤਰ੍ਹਾਂ ਪਤਾ ਸਾਵਨ ਬਾਰਿਸ਼ਾਂ ਕਾਫੀ ਹੋਈ ਰਹੀਆਂ, ਪਾਣੀ ਕਾਫੀ ਤੇਜ਼ੀ ਨਾਲ ਉੱਪਰ ਆ ਹੀ ਰਿਹਾ ਆ, ਤਾਂ ਸੋਚਿਆ ਕਿ ਤੁਸੀਂ ਇਹ ਦਿਖਾਇਆ ਜੇ ਕਿ ਪਾਣੀ ਕਿੱਥੇ ਤੱਕ ਪੁੱਜਿਆ ਆ, ਤਾਂ ਦੂਸਰਾ ਇਹ ਕਿ ਚਵਾਣ ਤਾਂ ਜਿਹੜਾ ਲੋਕਾਂ ਡੁੱਬੀ ਗਿਆ ਹੁਣ ਪਾਣੀ ਪਾਣੀ ਤੋਂ ਕਾਫੀ ਅੱਗੇ ਲਿੰਗੜੀ ਆਇਆ ਆਈ ਗਿਆ ਪਾਣੀ ਅੱਗੇ ਕਾਫੀ, ਤਾਂ ਹੁਣ ਇਸ ਵਕਤ ਜਨਾਬ ਜਿਹੜਾ ਨਾ ਨਈ ਸਤਾ 'ਚ ਦਾਖਲ ਹੋਣ ਲੱਗੇ ਆ ਪਾਣੀ, ਇਹ ਜਿਹੜਾ ਆਪਣਾ ਜਿਹੜਾ ਛੱਪੜੇ ਨੇ ਅੱਗੇ ਆਦਿ ਸੀ ਉਹਦੇ ਦਾਖਲ ਹੋਈ ਗਿਆ ਪਾਣੀ, ਤਾਂ ਬਾਕੀ ਉਸ ਤੱਕ ਉਹ ਡੈਮ ਦੀ ਸੂਰਤ ਹਾਲ, ਅਤੇ ਇੱਧਰ ਇਹ ਜਨਾਬ ਸ਼ਿਕਾਰੀਆਂ ਨੇ ਡੇਰੇ ਲੱਗੇ ਹੋਏ ਨੇ, ਇੱਥੇ ਰਹਿਣ ਲੱਗੇ ਹਨ, ਬਾਕੀ ਇਹ ਮਾਸ਼ਾਅੱਲਾ ਬੜਾ ਸੋਹਣਾ ਵਿਊ ਹੈ, ਡੰਗਰ ਲੋਕਾਂ ਨੇ ਜਿਹੜੇ ਨਾ ਚਰਨ ਲੱਗੇ ਹੋਏ ਨੇ, ਅਤੇ ਮਾਸ਼ਾਅੱਲਾ ਕਾਫੀ ਜ਼ਬਰਦਸਤ ਚਰਾ ਆ, ਅਤੇ ਬੜਾ ਸੋਹਣਾ ਮੰਜ਼ਰ ਪੇਸ਼ ਕਰਨ ਲੱਗੇ ਹੋਏ ਡੰਗਰ ਜੀ, ਅਤੇ ਬੜਾ ਸੋਹਣਾ ਵਿਊ ਹੈ, ਅਪਰ ਨਿਊ ਅਰਨਿਆਲ ਟਾਊਨ ਜਿਹੜਾ ਆ ਉਹ ਅਸੀਂ ਦਿਸਣ ਲੱਗੇ ਆ, ਬਾਕੀ ਜਨਾਬ ਇਸ ਤੱਕ ਪਾਣੀ ਸਮੁੰਦਰ ਹੀ ਬਣਨਾ ਜਾਣਾ ਪਿਆ ਆ, ਅਤੇ ਪਾਰ ਏਰੀਆ ਜਿਹੜਾ ਨਾ ਆਪਣਾ ਬਹੁਤ ਹੀ ਨਾ ਬੜਾ ਜ਼ਬਰਦਸਤ ਮੌਸਮ ਹੈ, ਬਾਰਿਸ਼ ਫਿਰ ਬਣਤੀ ਹੋਈ, ਸੁਬਹ ਵੀ ਬਾਰਿਸ਼ ਹੋਈ ਹੈ, ਬਾਰਿਸ਼ ਕੱਲ੍ਹ ਵੀ ਕਾਫੀ ਬਾਰਿਸ਼ ਹੋਈ ਹੈ, ਦੋ ਤਿੰਨ ਦਫ਼ਾ ਬਾਰਿਸ਼ ਹੋਈ ਹੈ ਕੱਲ੍ਹ ਵੀ, ਅਤੇ ਬੜਾ ਜ਼ਬਰਦਸਤ ਮੌਸਮ ਹੈ, ਗਰਮੀ ਵੀ ਉਸ ਤਰ੍ਹਾਂ ਨਾਲ ਟਿਕੀ ਰਹਿਣੀ ਹੈ ਕਿਉਂਕਿ ਬਾਰਿਸ਼ ਜੈਸੇ ਰੁਕਣੀ ਫਿਰ ਉਹ ਬਸ 'ਚ ਬਣ ਜਾਣਾ ਆ, ਗਰਮੀ ਜ਼ੋਰ ਪਕੜੀ ਜਾਣੀ ਹੈ, ਇਹ ਜਨਾਬ ਸਿੰਘ ਜਿਸ ਤਰ੍ਹਾਂ ਅਸੀਂ ਸ਼ਾਇਦ ਬਾਤ ਹੈ ਕਿ ਰੱਖੋ ਆਰਾਮ ਨਾਲ ਪੁੱਲ ਜਿਹੜਾ ਸਿਰੇ ਤਾਮੀਰ ਹੈ ਜੈ ਜੀ, ਅੱਲਾਹ ਤਾਲਾ ਉਹਨਾਂ ਪੁਰਾਣਾ ਕਿ ਹਦਾਇਤ ਦਿਆਂ ਕੋਈ ਜੀ ਜਲਦ ਕੰਪਲੀਟ ਕਰਨ ਜੀ ਕੋਈ, ਬਾਕੀ ਤਾਂ ਕੁਛ ਜਨਾਬ ਜੀ ਚੱਖਾ ਝੁਲਣਾ ਰਹਿਣਾ ਨਾ ਫਿਰ ਉਹ ਕਾਫੀ ਜਿਹੜਾ ਨਾ ਗੰਜ ਸੰਦ ਕਿਨਾਰੇ ਇਕੱਠਾ ਵੀ ਜਾਣਾ ਆ, ਤਾਂ ਪਾਣੀ ਕਾਫੀ ਗੰਦਾ ਡੈਮ ਨਾਲ ਇਸ ਲਈ ਸਾਫ਼ ਹੋ ਨਹੀਂ ਇਤਨਾ, ਇਹ ਜਨਾਬ ਜੀ ਇੱਕ ਹੋਰ ਇਹਨਾਂ ਨਾਲ ਵਿਊ ਤੱਕੋ, ਇਹ ਤੁਸੀਂ ਦਿਸਣ ਲੱਗਿਆ ਜਿਹੜਾ ਨਾ ਆਪਣਾ ਇਹ ਰਾਹ ਪੁਰਾਣਾ ਜਿਹੜਾ ਸੀ ਇਹ ਰਾਹ ਚਵਾਣਾ ਜਿਹੜਾ ਸੀ ਸਿੱਧਾ ਜਿਹੜਾ ਇਹ ਉਹ ਰਸਤਾ ਆ, ਸ਼ਿਕਾਰੀ ਟੈਂਟ ਲੱਗੇ ਹੋਏ ਨੇ।
ਕਾਫੀ ਸੋਹਣਾ ਮੰਜ਼ਰ ਆ ਜੀ, ਸਬਜ਼ੇ ਨਾਲ ਵੀ ਮਾਲ ਮਵੇਸ਼ੀ ਚਰਨ ਲੱਗੇ ਆ। ਅਤੇ ਅਪਰ ਜਨਾਬ ਸਤਕਣੇ ਪਾਸੋਂ ਇਹ ਜਿਹੜੇ ਦਿਸਣੇ ਸੁਣੇ ਕਿ ਨਾ ਖੰਡੇ 'ਚ ਬੰਥੇ ਵੇ, ਇਹ ਆਪਣਾ ਛਪੜੇਲਾ ਗਰਾਂ ਆ ਸਾਬਕਾ, ਇਹ ਸਾਬਕਾ ਹੀ ਹੋਈ ਆ ਜਿਹੜਾ ਹੁਣ ਇੱਥੋਂ ਫਤਿਹ ਪੱਟੀ ਅਪਰ ਅਰਨਿਆਲ ਟਾਊਨ ਸ਼ਿਫਟ ਹੋਈ ਆ ਇੱਥੋਂ ਜੀ। ਤਾਂ ਜੇ ਪਾਣੀ ਕਾਫੀ ਦੂਰ ਹੈ ਉੱਥੇ ਚੰਨੇ 'ਚ ਜਾਣੇ ਤੱਕ ਕਾਫੀ ਦੂਰ ਹੈ, ਜੇ ਪਾਣੀ ਹੋ ਸਕਣਾ ਕਿ ਮਹੀਨਾ ਲੱਗੀ ਜਾਏ ਜਾਂ ਬਾਰਿਸ਼ਾਂ ਨੇ ਸਲਸਲ ਪਰ ਆ ਕੇ ਬਾਰਿਸ਼ਾਂ ਕਿਤੀਆਂ ਤੇਜ਼ ਹੋਣੀਆਂ ਹਨ। ਅਗਰ ਬਾਰਿਸ਼ਾਂ ਜ਼ਿਆਦਾ ਤੇਜ਼ ਹੋਣ ਲੱਗੀ ਪੈਣੀਆਂ, ਪਾਣੀ ਜ਼ਿਆਦਾ ਸਪੀਡ ਪਕੜੀ ਪੈਣਾ ਚੰਨੇ 'ਚ, ਫਿਰ ਉਸ ਨਾਲ ਜਲਦੀ ਚੜੀ 'ਚ ਤਾਂ ਹੋ ਸਕਣਾ ਆ ਕਿ ਪਾਣੀ ਫਿਰ ਮਹੀਨਾ ਖਣ ਲਾਈਟ ਉੱਥੇ ਪਰ ਪੁੱਜਣੇ ਚੱਕ, ਤਾਂ ਜਾਂ ਹੋ ਸਕਣਾ ਕਿ ਬਾਰਿਸ਼ਾਂ ਤਾਂ ਰੁਕੀਆਂ ਸਲਸਲਾ ਖਤਮ ਜਾਂ ਬਾਰਿਸ਼ਾਂ ਨਾਲ ਇੱਥੇ ਤੱਕ ਟਿਕੀਆਂ ਰਹੀਆਂ, ਨਾ ਹੋ ਸਕਿਆ ਕੁਝ ਫਿਰ। ਤਾਂ ਇਹ ਜਨਾਬ ਬੇੜੀ ਖਲਤੀ ਹੈ ਸ਼ਿਕਾਰੀਆਂ ਨਹੀਂ ਮੰਜ ਜਾਣੀਆਂ ਨਾਲ ਨਾਲ ਲੱਗੀਆਂ ਪਾਣੀਆਂ ਵਿੱਚ। ਇਹ ਤਾਂ ਕੁਝ ਹੀ ਬੰਦੇ ਮੱਛੀ ਪਾਉਂਦੇ ਪਏ ਡੈਮਾਂ ਪਰ ਲੱਗੇ ਹੋਏ, ਕਿਉਂ ਬਾਰਿਸ਼ ਜਾਣੇ ਮੱਛੀ ਜ਼ਿਆਦਾ ਲੱਗਣੀ ਹੈ, ਕਾਫੀ ਤਾਂ ਬੰਦੇ ਆਵੇ ਨੇ ਮੱਛੀ ਪਾਉਣੇ ਵਾਸਤੇ ਡੈਮਾਂ ਪਰ ਉੱਧਰ ਉਹ ਤਾਂ ਕੁਛ ਆ। ਇਹ ਜਨਾਬ ਇਹ ਪਾਰੇ ਲੱਗੇ ਨੇ ਬੰਦੇ ਪਾਉਣ ਲੱਗੇ ਮੱਛੀ।